ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਕਰਮਜੀਤ ਸਿੰਘ, ਮੇਰਾ ਹੈੱਡਕੁਆਟਰ ਮੁਕਤਸਰ ਆ। ਮੈਂ ਸੁਮਿਤ ਕੈਮੀਕਲ ਕੰਪਨੀ ਤੋਂ ਅੱਜ ਜਿਸ ਖੇਤ ਦੇ ਵਿੱਚ ਖੜ੍ਹਾ ਹਾਂ, ਉਹ ਖੇਤ ਹਨ ਸੁਖਚੈਨ ਸਿੰਘ, ਪਿਤਾ ਦਾ ਨਾਂ ਸ਼ੇਰਚੰਦ, ਪਿੰਡ ਚੱਕ ਮਹੰਤਾ ਉਰਫ ਬੁੰਗੀ। ਇਹਨਾਂ ਦੀ ਜਿਹੜੀ ਤਹਿਸੀਲ ਹੈਗੀ ਆ ਉਹ ਗੁਰੂ ਹਰਸਾਏ ਹੈ, ਡਿਸਟ੍ਰਿਕਟ ਇਹਨਾਂ ਦਾ ਫਿਰੋਜ਼ਪੁਰ ਹੈ। ਅਸੀਂ ਜਿਹੜੇ ਖੇਤ ਦੇ ਵਿੱਚ ਅੱਜ ਇਸ ਖੇਤ ਦੇ ਵਿੱਚ ਖੜ੍ਹੇ ਹਾਂ, ਇਸ ਖੇਤ ਦੇ ਵਿੱਚ ਇਹ ਭਾਈ ਸਾਹਿਬ ਨੇ ਜੋ ਜਿੰਦਾ ਪ੍ਰੋਡਕਟ ਹੈ, ਜਿੰਦਾ ਜਿੰਕ ਹੈ ਆਪਣੀ, ਇਹ 1 ਕਿਲੋ 1 ਕਨਾਲ ਦੇ ਹਿਸਾਬ ਦੇ ਨਾਲ ਆਪਣੇ ਜੋ ਨਾਲ ਦੇ ਪਿੰਡ ਆਪਣੇ ਨਵੇਂ ਡਿਸਟ੍ਰੀਬਿਊਟਰ ਬਣੇ ਨੇ ਇਸ ਵਾਰੀ ਆਪਣੇ ਕੰਬੋਜ ਕੰਬੋਜ ਖਾਸ ਸਟੋਰ ਤੋਂ, ਨਾਲੇ ਸਾਡੇ ਨਾਲ ਪਹੁੰਚੇ ਨੇ ਸਰਪੰਚ ਜੋ ਇਹ ਆਪ ਪ੍ਰੋਪਰੇਟਰ ਨੇ, ਇਹਨਾਂ ਤੋਂ ਇਹਨਾਂ ਨੇ ਪਰਚੇਜ ਕੀਤਾ ਹੈਗਾ। ਜਿਸ ਖੇਤ ਦੇ ਵਿੱਚ ਖੜੇ ਹਾਂ ਉਸ ਖੇਤ ਦੇ ਵਿੱਚ 1 ਕਿਲੋ ਜਿੰਦਾ ਜਿੰਕ ਆਪਣੀ ਪਾਈ ਹੋਈ ਹੈ, ਅਤੇ ਜੋ ਨਾਲ ਦੇ ਇਹ ਆਹ ਵਾਲੇ ਖੇਤ ਦਿਸਦੇ ਪਏ ਆ ਇਹਨਾਂ ਖੇਤਾਂ ਦੇ ਵਿੱਚ ਨਹੀਂ ਪਾਈ ਹੈਗੀ। ਜਿਸ ਖੇਤ ਦੇ ਵਿੱਚ ਪਾਈ ਆ ਉਸ ਖੇਤ ਦੇ ਵਿੱਚੋਂ ਆਪਾਂ ਬਾਈ ਸੁਖਚੈਨ ਸਿੰਘ ਜੀ ਆਪਾਂ ਬੂਟੇ ਪੁੱਟੇ ਨੇ, ਹਾਂਜੀ, ਤੁਹਾਨੂੰ ਕੀ ਫਰਕ ਲੱਗਦਾ ਹੈਗਾ ਵੀ ਇਹ ਜਿੰਕ ਦਾ ਆਪਸ ਵਿੱਚ ਜੇ ਬੂਟੇ ਜਿਹੜੇ ਆ ਤੁਹਾਡੇ ਖੇਤ ਹੱਥ ਦੇ ਵਿੱਚ ਫੜੇ ਨੇ, ਇਸ ਦੇ ਵਿੱਚ ਆਪਾਂ ਜਿੰਦਾ ਜਿੰਕ ਪਾਈ ਆ? ਹਾਂਜੀ, ਇਸ ਦੇ ਵਿੱਚ ਜਿੰਦਾ ਜਿੰਕ ਪਾਈ। ਇਹ ਵਾਲੀ ਪਨੀਰੀ ਦੇ ਵਿੱਚ ਆਪਾਂ ਨਹੀਂ ਪਾਈ, ਇਸ ਵਾਲੀ ਪਨੀਰੀ, ਪਰ ਪਨੀਰੀ ਦੀ ਜਿਹੜੀ ਬਿਜਾਈ ਦਾ ਸਮਾਂ ਹੈਗਾ, ਇਹ ਬਿਜਾਈ ਦਾ ਸਮਾਂ ਜਾਨੀ ਕਿ ਕਹਿਣ ਦਾ ਭਾਵ 1 ਦਿਨ ਘੱਟ ਆ ਇਹ ਪਨੀਰੀ, ਇਹ 1 ਦਿਨ ਪਛੇਤੀ ਬੀਜੀ ਹੋਈ, ਇਹ 1 ਦਿਨ ਗੇਤੀ ਬੀਜੀ ਹੋਈ ਪਨੀਰੀ ਆ। ਇਹ ਜਿਹੜੀ 1 ਦਿਨ ਗੇਤੀ ਬੀਜੀ ਪਨੀਰੀ ਆ ਉਸ ਦੇ ਵਿੱਚ ਆਪਾਂ ਜਿੰਦਾ ਜਿੰਕ 1 ਕਿਲੋ ਕਨਾਲ ਦੇ ਹਿਸਾਬ ਨਾਲ ਪਾਈ ਆ, ਇਹ ਆਪਣੇ ਕੰਟਰੋਲ ਪਲਾਂਟ ਨੇ ਜਿਨ੍ਹਾਂ ਦੇ ਵਿੱਚ ਆਪਾਂ ਨਹੀਂ ਪਾਈ। ਇਹੀ ਹੈ ਜੀ, ਬਿਲਕੁਲ। ਤੁਹਾਨੂੰ ਕੀ ਫਰਕ ਲੱਗਿਆ ਜੜ ਦਾ, ਵੀ ਕਿੰਨਾ ਫਰਕ ਲੱਗਦਾ? ਸਾਨੂੰ ਤਾਂ ਬਹੁਤ ਜ਼ਿਆਦਾ ਜੀ, 2 ਹਿੱਸਿਆਂ ਤੋਂ ਵੀ ਜ਼ਿਆਦਾ ਲੱਗੀ ਜਾਂਦਾ ਇਹ ਜੜ ਦਾ ਫਰਕ ਸਾਨੂੰ ਤਾਂ। ਹਾਂਜੀ, ਮਤਲਬ ਜਿੰਨੀ ਉਹ ਜੜ ਹੈ ਉਹ ਜੜ ਇਹਦੇ ਨਾਲੋਂ 2 ਹਿੱਸੇ ਘੱਟ ਹੈ, ਠੀਕ ਹੈ, ਤੇ ਬੂਟਾ ਵੀ 2 ਹਿੱਸੇ ਘੱਟ ਹੈ ਇਸ ਨਾਲ, ਠੀਕ ਹੈ ਜੀ। ਇਹ ਤੁਸੀਂ ਜਿਹੜੀ ਜਿੰਦਾ ਜਿੰਕ ਹੈਗੀ ਆ ਇਹ ਕੰਬੋਜ ਖਾਸ ਸਟੋਰ ਤੋਂ, ਸਰਪੰਚ ਸਾਹਿਬ ਤੋਂ? ਹਾਂਜੀ ਹਾਂਜੀ, ਸਰਪੰਚ ਸਾਹਿਬ ਤੋਂ, ਕੰਬੋਜ ਖਾਸ ਸਟੋਰ ਤੋਂ ਖਰੀਦੀ। ਅਸੀਂ ਜਿਸ ਤਰ੍ਹਾਂ ਹੁਣ ਕਹੀਏ ਜੀ ਤੁਹਾਡੇ ਖੇਤ ਦੇ ਵਿੱਚ ਰਿਜ਼ਲਟ ਅੱਜ ਪਨੀਰੀ ਦੇ ਬਹੁਤ ਵਧੀਆ ਆਏ ਆ, ਹਾਂਜੀ, ਤੁਸੀਂ ਕੀ ਉਮੀਦ ਰੱਖਦੇ ਜਿਸ ਤਰ੍ਹਾਂ ਪਨੀਰੀ ਦੇ ਰਿਜ਼ਲਟ ਆਏ ਆ ਇਸੇ ਤਰ੍ਹਾਂ ਰਿਜ਼ਲਟ ਆਉਂਦੇ ਤਾਂ ਤੁਸੀਂ ਝੋਨੇ ਤੇ ਵੀ ਪਾਓਗੇ? ਬਿਲਕੁਲ ਜੀ, ਸਾਰੇ ਝੋਨੇ ਨੂੰ ਪਾਵਾਂਗੇ ਜੀ। ਸਰਪੰਚ ਸਾਹਿਬ, ਇਹ ਆਪਣੇ ਡਿਸਟ੍ਰੀਬਿਊਟਰ ਨੇ ਜੋ ਕੰਬੋਜ ਖਾਸ ਸਟੋਰ ਚੱਕ ਜਮਾਲਗੜ੍ਹ ਦੇ ਵਿੱਚ ਨੇ, ਇਹ ਵੀ ਉਹ ਸਾਡੇ ਨਾਲ ਪਹੁੰਚੇ ਨੇ ਖੇਤ ਫੀਲਡ ਚੈੱਕ ਕਰਨ ਵਾਸਤੇ। ਸਰਪੰਚ ਸਾਹਿਬ, ਤੁਹਾਨੂੰ ਕੀ ਲੱਗਦਾ ਵੀ ਜਿੰਦਾ ਜਿੰਕ ਵਾਲਾ ਪਲਾਂਟ ਤੇ ਇਹ ਆਪਣਾ ਕੰਟਰੋਲ ਪਲਾਂਟ ਦਾ ਕੀ ਫਰਕ ਲੱਗਦਾ? ਬਹੁਤ ਜ਼ਿਆਦਾ ਫਰਕ ਹੈ ਜੀ, ਬਹੁਤ ਜ਼ਿਆਦਾ ਫਰਕ ਹੈ ਜੀ। ਕੀ ਉਮੀਦ ਰੱਖਦੇ ਹੋ ਤੁਸੀਂ ਨਵੇਂ ਡਿਸਟ੍ਰੀਬਿਊਟਰ ਬਣੇ ਹੋ ਸਾਡੇ ਨਾਲ, ਸਾਡੇ ਜੁੜੇ ਹਾਂ, ਸਾਡੇ ਇੱਕ ਜਿਹੜੀ ਜਾਣੀ ਕਿ ਡਿਸਟ੍ਰੀਬਿਊਟਰਸ਼ਿਪ ਲਈ ਹੈਗੀ ਆ, ਤੁਹਾਨੂੰ ਕੀ ਲੱਗਦਾ ਵੀ ਕੰਪਨੀ ਦੇ ਇਸ ਪਹਿਲਾ ਪ੍ਰੋਡਕਟ ਆ ਜਿਹੜਾ ਤੁਸੀਂ ਅੱਜ ਪਹਿਲਾ ਹੀ ਪ੍ਰੋਡਕਟ ਯੂਜ਼ ਕੀਤਾ ਉਸ ਤੋਂ ਕੀ ਰਿਜ਼ਲਟ ਦੀ ਉਮੀਦ ਰੱਖਦੇ ਹੋ, ਕਿੰਨੇ ਵਧੀਆ ਰਿਜ਼ਲਟ ਆ ਸਕਦੇ? ਬਹੁਤ ਵਧੀਆ ਰਿਜ਼ਲਟ ਨੇ, ਬਹੁਤ ਪਰਸੈਂਟ ਮੰਨ ਕੇ ਚੱਲੋ ਜੀ, 100% ਰਿਜ਼ਲਟ ਮੰਨ ਕੇ ਚੱਲੀ। ਹਾਂਜੀ, ਠੀਕ ਹੈ ਜੀ। ਤੁਹਾਡਾ ਬਾਈ ਜੀ ਕੀ ਵਿਚਾਰ ਹੈ, ਤੁਹਾਨੂੰ ਕੀ ਲੱਗਦਾ? ਸਤਨਾਮ ਸਿੰਘ ਸਰਪੰਚ ਨੇ ਜੋ ਚੱਕ ਮਹੰਤਾ ਵਾਲੇ ਨੇ, ਇਹ ਵੀ ਸਾਡੇ ਨਾਲ ਅੱਜ ਫੀਲਡ ਦੇ ਵਿੱਚ ਪਹੁੰਚੇ ਨੇ, ਠੀਕ ਹੈ ਬਾਈ ਜੀ? ਅੱਛਾ, ਆਪ ਵੀ ਸਰਪੰਚ, ਇੱਥੇ ਕਹਿਣ ਦਾ ਭਾਵ ਜੀ ਸਾਰੇ ਸਰਪੰਚ ਸਾਹਿਬ ਹੀ ਨੇ, ਬਹੁਤ ਖੁਸ਼ੀ ਦੀ ਗੱਲ ਆ ਵੀ ਸਾਡੇ ਬਹੁਤ ਵੱਡੇ ਮਹਾਨ ਹਸਤੀਆਂ ਦੇ ਨਾਲ ਅੱਜ ਮੇਲ ਹੋਏ ਆ, ਤੇ ਅਸੀਂ ਤੁਹਾਡੇ ਤੋਂ ਉਮੀਦ ਰੱਖਦੇ ਹਾਂ ਜੀ ਜਿਸ ਤਰ੍ਹਾਂ ਤੁਹਾਨੂੰ ਅੱਜ ਟ੍ਰਾਇਲ ਦੇ ਰਿਜ਼ਲਟ ਮਿਲ ਰਹੇ ਨੇ ਜਿਹੜੀ ਤੁਸੀਂ ਆਪ ਕੀਤਾ ਆ, ਅੱਜ ਅਸੀਂ ਇਹਦੇ ਨਾਲ ਹੀ ਇੱਕੋ ਜਿਹੜਾ ਖੇਤ ਆ ਦੂਸਰਾ ਭਾਈ ਸਾਹਿਬ ਦਾ ਸਰਪੰਚ ਸਾਹਿਬ ਦਾ, ਇਹਨਾਂ ਵਾਲੇ ਪਾਸੇ ਵੀ ਅੱਜ ਟ੍ਰਾਇਲ ਲਾਉਣ ਪਹੁੰਚੇ ਸੀ, ਠੀਕ ਹੈ ਜੀ? ਧੰਨਵਾਦ ਜੀ।